ਗਾਈਸ ਆਹ ਦੇਖੋ ਜੀ ਆ ਗਏ ਆ ਸਾਡੀ ਟੁੱਚ ਗੈਂਗ, ਠੀਕ ਆ, ਆਇਓ ਆਇਓ, ਆਹ ਦੇਖੋ ਵਲੋਗਰ ਆ ਗਏ, ਸਸਤੇ ਵਲੋਗਰ, ਆਇਓ ਵਲੋਗਰੋ, ਆਇਓ ਆਇਓ ਵਲੋਗਰੋ, ਓਏ ਕੋਚ ਕਿੱਥੇ, ਕਹਿੰਦੇ ਟੱਟੀਆਂ ਲੱਗੀਆਂ ਕੱਲ ਦੀਆਂ, ਆਹ ਥੱਲੇ ਥੱਲੋ ਮਾਮਾ ਵਲੋਗ ਬਣਾਉਣ ਦਿਆ, ਕੋਚ ਨੀ ਆਇਆ, ਕੋਚ ਨੀ ਆਇਆ, ਹੇ ਗਾਈਸ ਤੇ ਵੈਲਕਮ ਬੈਕ ਟੂ ਮਾਈ ਚੈਨਲ। ਤੇ ਵਲੋਗ ਅੱਜ ਸਟਾਰਟ ਕੀਤਾ, ਇੱਧਰ ਆ ਵਲੋਗ ਹੁਣੇ ਸਟਾਰਟ ਕੀਤਾ, ਮੈਂ ਸਟੈਮ ਹੈ ਨਹੀਂ ਵਲੋਗ ਕਰਨ ਦਾ, ਪਾਗਲ ਆ ਗਏ, ਆ ਗਏ ਵਲੋਗਰ, ਆ ਗਏ ਪਰੇ, ਉਹ ਆ ਗਏ ਵਲੋਗਰ, ਓਏ ਵਲੋਗਰ, ਓਏ ਇੱਧਰ ਆ ਮਾਮਾ, ਆ ਗਿਆ ਵਲੋਗਰ, ਮੱਥਾ ਟੇਕਣ ਗਿਆ, ਹਾਂਜੀ ਵਲੋਗ ਤਾਂ ਟੱਟੀਆਂ ਲੱਗ ਗਈਆਂ ਕੱਲ ਦੀਆਂ, ਕਹਿੰਦਾ ਬੈਠਾ ਨੀ ਜਾਂਦੇ ਫਲੈਸ਼ ਚ, ਨੀ ਬੈਠਾ ਜਾਂਦੇ, ਔਰ ਕੋਈ ਇੱਟਾ ਇੱਟਾ ਰੱਖ ਕੇ ਬੈਠਾ ਫਲੈਸ਼ ਤੇ, ਵਾਈਫਾਈ ਦੀ ਕਾਰਵਾਈ ਪੈ ਗਈ ਸੀ, ਚੱਲ ਕੈਲਸ਼ੀਅਮ ਦੀ ਕਮੀ ਨਾਲ, ਨਮਕ ਦੀ ਕਮੀ ਨਾਲ, ਕਿਉਂਕਿ ਆਪਾਂ ਇਸ ਟਾਈਮ ਕਟਿੰਗ ਵੀ ਚੱਲਦੇ ਪਏ, ਥੋੜ੍ਹੀ ਹੁੰਦੀ ਕਮੀ ਥੋੜ੍ਹੀ ਨਾ ਜੋ ਵੀ ਆ, ਅਤੇ ਇਹ ਵੀ ਇਸ ਟਾਈਮ ਕਟਿੰਗ ਵੀ ਚੱਲਦਾ, ਪਰ ਮੈਂ ਵੀ ਕਟਿੰਗ ਵੀ ਚੱਲਦਾ, ਮੈਂ ਕਾਹੀ ਬਹੁਤ ਵੀਕ ਲੱਗ ਰਿਹਾ ਹੁਣ, ਬਾਬਾ ਵੀ ਚੱਲਦਾ ਕਟਿੰਗ ਦੇ ਵਿੱਚ, ਜਦੋਂ ਵੀ ਮਿਲਣਾ ਯਾਰ, ਜੇ ਹੁਣ ਵੀਕ ਲੱਗ ਰਿਹਾ ਠੀਕ ਆ ਨਾ, ਕੋਈ ਚੱਕਰ ਨਹੀਂ, ਤੁਹਾਨੂੰ ਜਲਦੀ ਜਲਦੀ ਟ੍ਰਾਂਸਫਰਮੇਸ਼ਨ ਚੰਗੀ ਟ੍ਰਾਂਸਫਰਮੇਸ਼ਨ ਆਏਗੀ।
ਹਾਂਜੀ ਕ੍ਰਿਸ਼ ਭਾਈ ਕੋਚ ਆ ਗਿਆ, ਪਹਿਲਾਂ ਕੋਚ ਦਾ ਗੋਡਾ ਫੜ ਭੱਜ ਕੇ ਜਾ ਪਰੇ ਪਰੇ ਬਖ ਭਾਈ ਪਰੇ ਹੋ, ਹਾਂਜੀ ਪਰੇ ਹੋਇਓ ਕੋਚ ਸਾਹਿਬ, ਨਵੇਂ ਮੈਂਬਰ ਜੁੜ ਕੇ ਕੋਚ ਤੂੰ ਬੋਲ ਗਾ ਸਾਨੂੰ ਕੋਚ, ਹੁਣ ਤੇਰੀ ਗੱਲਬਾਤ ਬਣ ਗਈ ਸਾਨੂੰ ਭੁੱਲ ਗਿਆ, ਹਾਂਜੀ ਹੁਣ ਮੈਂਬਰ ਜੁੜ ਗਿਆ ਹੋਣੇਗਾ ਜੀ, ਹੁਣ ਪੁਰਾਣੇ ਮੈਂਬਰਾਂ ਨੂੰ ਭੁੱਲ ਗਿਆ ਵਾ, ਠੀਕ ਵੀ ਵਿਚਾਰਾ ਓਏ ਮਿਲ ਗਿਆ ਮਾਮਾ ਕੋਈ ਨੂੰ, ਜਾ ਬਾਹਰ ਹੀ ਜਾ ਕੋਈ ਨੀ, ਚੱਲ ਜਾ ਸੁਣੂਗਾ, ਚੱਲ ਜਾ ਮਿਲ ਗਿਆ ਜਾ ਮਿਲ ਗਿਆ, ਕੋਸਾ ਫ੍ਰੀ ਹੋ ਗਿਆ ਆਪਣੇ ਜਿਹੜੇ ਕਲਾਇੰਟ ਉਹਨਾਂ ਨੂੰ ਆਨਲਾਈਨ ਪੀਟੀ ਦੇ ਕੇ ਆ ਗਏ ਆ, ਠੀਕ ਆ ਚਲੋ ਮਿਲ ਮਾਮਾ ਕੋਚ ਨੂੰ, ਅਕਲ ਕਰਿਆ ਕਰੋ ਦੱਸ, ਏਦਾਂ ਰਿਜ਼ਲਟ ਰਿਜ਼ਲਟ ਤੁਹਾਨੂੰ ਏਦਾਂ ਮਿਲਣੇ ਆ, ਓਏ ਮਾਮਾ ਤੇਰਾ ਕੋਚ ਆ ਗਿਆ ਜੀ, ਓਏ ਕੋਚ ਆ ਗਿਆ ਜੀ, ਕੋਚ ਅਪਰ ਹੈਂਡ ਲਾਉਣ ਦਿਆ, ਸਹੀ ਆ ਸਹੀ ਆ, ਦੇਖੀ ਇੱਧਰ ਆ ਵੀ ਬੰਦਾ ਲੱਗਾ ਆ, ਇਹ ਵੀ ਕੋਚ ਕੋ ਪੀਟੀ ਲੈਂਦਾ, ਇਹ ਵੀ ਆ ਸਾਰੇ ਪੀਟੀ ਮੈਂਬਰ ਆ, ਆ ਵੀ ਕੋਚ ਦੀ ਪੀਟੀ ਵਾਲਾ ਹੀ ਆ, ਚੱਲ ਪੀਟੀ ਚੱਲ, ਉਹ ਫੜੇ ਮੂੰਹ ਤੇਰੇ, ਓਏ ਉਹ ਕੋਚ ਹੈਲੋ ਮੇਰੀ ਗੱਲ ਸੁਣ, ਇੱਧਰ ਕੋਚ ਆ ਕਹਿਣ ਦਿਆ, ਕਹਿੰਦਾ ਡੱਡੀਆਂ ਲੱਗੀਆਂ ਕੋਚ ਨੂੰ, ਆ ਮੈਨੂੰ ਕਹਿਣ ਦਿਆ, ਕਹਿੰਦਾ ਡੱਡੀਆਂ ਲੱਗ ਗਈਆਂ ਕੋਚ ਨੂੰ, ਕੀ ਆ ਭਾਬੀ ਨਾਲ ਗੱਲ ਹੋਈ ਕਿ ਨਹੀਂ ਹੋਈ ਭਾਬੀ ਨਾਲ, ਕਹਿੰਦਾ ਆ ਕਹਿੰਦਾ ਲੂਜ਼ ਮੋਸ਼ਨ ਲੱਗੇ, ਕੀ ਹੋਇਆ ਕੋਚ ਨੂੰ, ਭਰਾ ਨੂੰ ਲੂਜ਼ ਮੋਸ਼ਨ ਨਹੀਂ ਲੱਗ ਸਕਦੇ ਮੰਮਾ, ਦੱਸ ਉਸਤਾਦ ਟੈਡ ਹੋਈ ਕੋਚ ਦੀ ਅੱਗੇ ਨਾ, ਕੋਚ ਸ਼ੋਲਡਰ ਰੋਕਿਆ ਇਹਦੇ, ਹਾਂ ਹਾਂ ਮਸਲ ਪਤਾ ਕਿੰਨੇ ਐਕਸਰਸਾਈਜ਼ ਪਤਾ ਕਿੱਡੀ ਲੰਬੀ ਆ, ਅੱਜ ਇਹਨੂੰ ਪੋਜ਼ਿੰਗ ਸਿਖਾਣੀ ਆ ਵਾ ਮੁੰਡੇ ਨੂੰ, ਠੀਕ ਆ ਇਹਨੇ ਤੁਹਾਡਾ ਨੰਬਰ ਪਾ ਦਿੱਤਾ ਵਾ, ਕੜੀ ਡੇਗੀ ਬਣਾਉਣ ਤੇਰੀ ਪੀਲੀ ਪੀਲੀ ਹੋਈ ਪਈ, ਇਹ ਕੜੀ ਦੇ ਪਤੀਲੇ ਚ ਡੇਗੀ ਲਾਤਾ ਭਾਬੀ ਨੇ, ਪਤੀਲੇ ਚ ਸਿੜਦੀ ਕੜੀ ਚ, ਉਸਤਾਦ ਮਾੜਾ ਫਲੈਕਸ ਕਰੀ, ਹੋਏ ਕੋਚ ਕੋਚ ਆ ਗਈ, ਹੋਏ ਹੋਏ ਨੀ ਮਾਰਾ ਕੋਚ ਮੰਨਦਾ ਕਿਤੇ ਦੱਸ, ਇੱਥੇ ਭਾਬੀ ਨੇ ਨੋ ਮਾਰਿਆ ਸੀ, ਚਲੋ ਚਲੋ ਕੋਚ ਪੰਪ ਜਾ ਪੂਰੇ ਸਕੈਡਿਊਲ ਤਾਂ ਪੁੱਛ, ਹੁਣ ਸਾਈ ਸਕੈਡਿਊਲ ਦਾ ਸਵੇਰ ਆ ਮਾੜਾ ਯਾਰ ਦੱਸੋ, ਭੰਗੜਾ ਭੁੰਗੜਾ ਸਿੱਖ ਕੇ ਰੱਖੋ ਵਾਸਤੇ ਤੁਹਾਨੂੰ ਚੇਤ ਹੀ ਚਾਹਣਾ, ਪੂਜਾ ਫੇਰ ਆਉਣ ਵਾਲੀ, ਤੇ ਜਿਹੜੀ ਭਾਬੀ ਗਈ ਉਹ ਭਾਬੀ ਜਿਹੜੀ ਗਈ ਆ ਆਏ ਨੀ, ਚਲੋ ਯਾਰ ਇੱਕ ਇੱਕ ਸਾਈਡ ਰਹਿ ਗਿਆ ਚੱਲ, ਅਤੇ ਗਾਈਸ ਅੱਜ ਵਲੋਗ ਬਣਾਇਆ ਨਹੀਂ ਸਵੇਰੇ ਕਿਉਂਕਿ ਸਵੇਰੇ ਆਏ ਨਹੀਂ ਕਿਉਂਕਿ ਲੈਗ ਲਾਈ ਦੀ ਸੀ, ਠੀਕ ਹੈ ਲੈਗ ਲਾ ਕੇ ਰਿਕਵਰੀ ਹੈ ਨਹੀਂ ਹੋਈ ਸਾਡੀ, ਸਵੇਰੇ ਉੱਠ ਨਹੀਂ ਹੋਇਆ ਅਤੇ ਸ਼ਾਮ 'ਤੇ ਵਲੋਗ ਸਟਾਰਟ ਕੀਤਾ, ਦੇਖਦੇ ਛੋਟਾ ਮੋਟਾ ਬਣਾਇਆ, ਅਤੇ ਕਰ ਦਿਓ ਯਾਰ ਕਮੈਂਟ ਕਰ ਦਿਓ ਲਾਈਕ ਕਰ ਦਿਓ, ਠੀਕ ਹੈ ਅਤੇ ਫਿਰ ਹੀ ਮੋਟੀਵੇਸ਼ਨ ਮਿਲਦੀ ਵਧੀਆ ਵਧੀਆ ਵਲੋਗ ਬਣਾਉਣ ਦੀ, ਅਤੇ ਕਰ ਦਿਓ ਠੀਕ ਹੈ, ਹੁਣ ਆਪਾਂ ਲਾ ਲਗੇ ਸ਼ੋਲਡਰ, ਸ਼ੋਲਡਰ ਬਾਅਦ ਆਪਾਂ ਲਾਉਂਦੇ ਕਾਰਵਾਈ ਪਾਉਂਦੇ ਥੋੜ੍ਹਾ ਜਿਹਾ, ਠੀਕ ਹੈ ਹਾਸਾ ਮਜ਼ਾਕ ਪਾਉਂਦੇ, ਮੀਮਸ ਬਣਾਉਣੀਆਂ ਅੱਜ, ਠੀਕ ਹੈ ਯਾਦ ਨਾਲ ਵੀਡੀਓ ਬਣਾਉਣੀ ਅੱਜ, ਚਲੋ ਨਵੇਂ ਮੈਂਬਰ ਜੁੜਨ ਦਾ ਦੁਖੀ ਹੋ ਗਿਆ, ਮੇਰੇ ਤੋਂ ਕ੍ਰਿਸ਼ ਤੋਂ ਦੁਖੀ ਹੋ ਗਿਆ,
ਨਵਰਾਤਰਾ ਬੰਪਰ ਲਾਈ ਸੀ ਲੋਟਰੀ, ਇਹ ਲੋਟਰੀ ਇਹਦੀ ਨਿਕਲੀ ਆ ਨਵਰਾਤਰਾ ਬੰਪਰ। ਇਹ ਹੁਣ ਕਾਨਪੁਰ ਇਹ ਜਿਹੜਾ ਕਾਨਪੁਰ ਜੂਤੋ ਕਾ ਮੇਲਾ ਨਾ, ਇਹ ਉੱਥੋਂ ਲੈ ਕੇ ਆਇਆ ਉਹ ਕਾਨਪੁਰ ਜੂਤੋ ਕਾ ਮੇਲਾ ਵਾਲੇ, ਸਾਨੂੰ ਪਤਾ ਵਾ। ਤੇ ਆਹ ਜੂੜੀਓ ਚ ਇਹਨੇ ਕਛੇ ਲਿਆਉਂਦੇ ਹੋਏ ਆ, ਠੀਕ ਆ। ਤੇ ਆਹ ਨਾਲ ਇਹਨੂੰ ਕੱਲ ਕੀ ਸੀਗੀ ਯਾਰ, ਕੱਲ ਕੀ ਸੀਗਾ, ਕੱਲ ਸ਼ਰਾਧ ਸੀਗੇ, ਸ਼ਰਾਧ ਤੇ ਕਿਸੇ ਨੇ ਸ਼ਰਾਧ ਕੀਤੇ, ਉਹਨਾਂ ਨੇ ਸ਼ਰਾਧਾਂ ਨਾਲ ਇਹਨੂੰ ਡਾ ਦਿੱਤੀ, ਪੂੜੀਆਂ ਖਵਾਈਆਂ ਨਾਲ ਖੀਰ ਖਵਾਈ ਆ ਤੇ ਨਾਲ ਆ ਟੀ ਸ਼ਰਟ ਦਿੱਤੀ ਇਹਨੂੰ। ਇਹ ਵੀਰਵਾਰ ਦੇ ਵੀਰਵਾਰ ਪਾਇਆ ਕਰੂਗਾ, ਠੀਕ ਆ। ਤੇ ਇਹ ਆਪਣਾ ਹਨੀ ਭਰਾ ਵਾ, ਬਹੁਤ ਚੰਗਾ ਮੁੰਡਾ ਵਾ, ਠੀਕ ਆ। ਤੇ ਇਹਨੂੰ ਵੀ ਲਵ ਯੂ ਹੀ ਆ, ਤੇ ਇਹਦੀ ਵੀ ਆਈਡੀ ਤੁਹਾਨੂੰ ਮੈਂਸ਼ਨ ਕਰ ਦਾਂਗੇ, ਠੀਕ ਆ। ਇਹਦੀ ਆਈਡੀ ਤੁਹਾਨੂੰ ਮੈਂਸ਼ਨ ਕਰ ਦਾਂਗੇ। ਆਹ ਸਾਡੇ ਕੋਸਾ ਵਿੱਚ ਆਓ, ਤੁਸੀਂ ਵੀ ਆਓ ਨਾਲ। ਅੱਜ ਕੀ ਗੱਲ, ਤੁਸੀਂ ਸੁੱਖਿਆ ਕਿਤੇ ਪੀਰਾਂ ਦੇ ਵੀ, ਸਾਰਿਆਂ ਨੇ ਪੀਲਾ ਹੀ ਪਾ ਕੇ ਆਉਣਾ ਵਾ, ਤੇ ਮੈਂ ਵੀ ਨਾਲ ਪੀਲਾ ਹੀ ਪਾ ਕੇ ਆਇਆ, ਇੱਧਰ ਤੁਸੀਂ ਦੇਖ ਸਕਦੇ ਆ। ਤੇ ਨਾਲ ਆ ਵੀ ਬੰਦੇ ਨੇ ਨਵੀਂ ਪੀ ਟੀ ਜੁਆਇਨ ਕੀਤੀ ਆ, ਕੋਚ ਨੂੰ ਜੁਆਇਨ ਕੀਤਾ ਵਾ, ਕੋਚ ਕੋਚ ਕਾਫੀ ਸਟਰੈਂਥ ਵਧ ਗਈ ਹੈ। ਪੀ ਟੀ ਲਓ, ਠੀਕ ਆ। ਤੇ ਭਾਈ ਜਿੱਦਾਂ ਤੁਹਾਨੂੰ ਰਿਜ਼ਲਟ ਰਿਜ਼ਲਟ ਪਹਿਲਾਂ ਕਿੱਦਾਂ ਕੀ ਕੀ ਪ੍ਰੋਬਲਮ ਕੀ ਤੁਹਾਨੂੰ ਕੁਛ? ਪਹਿਲਾਂ ਮੈਨੂੰ ਥੋੜੀ ਜਿਹੀ ਦਿੱਕਤ ਸੀਗੀ, ਮਤਲਬ ਕੱਪੜੇ ਕੁਪੜੇ ਨਹੀਂ ਆਉਂਦੇ ਸੀ ਪ੍ਰੋਪਰ, ਮਤਲਬ ਇਦਾਂ ਹੁਣ ਮੈਨੂੰ ਫਿਟਿੰਗ ਫੁਟਿੰਗ ਥੋੜੀ ਆਣ ਲੱਭ ਹੀ ਹੈਗੀ ਹੈ, ਠੀਕ ਹੈ। ਸਾਰੀ ਕੋਚ ਸਾਹਿਬ ਦੀ ਮਿਹਰਬਾਨੀ ਆ ਨਾ, ਕੋਚ ਸਾਹਿਬ ਭਾਈ ਤੁਸੀਂ ਦੱਸੋ ਕਿੱਦਾਂ ਲੱਗ ਰਿਹਾ ਪੀਟੀ ਲੈ ਕੇ ਤੁਹਾਨੂੰ ਭਾਈ? ਇਹ ਸਾਰੇ ਮੈਂਬਰ ਅਭਿਮਨਿਊ ਬਖਸ਼ੀ ਭਾਈ ਦੇ ਆ, ਠੀਕ ਆ। ਅਭਿਮਨਿਊ ਬਖਸ਼ੀ ਭਾਈ ਦੇ ਮੈਂਬਰ ਆ। ਭਾਈ ਦੀ ਸਟਰੈਂਥ ਪਾਵਰ ਪਤਾ ਕਿੰਨੀ ਵੱਧ ਗਈ ਭਾਈ? ਉਹਦਾ ਤੁਸੀਂ ਸੈੱਟ ਲਾਉਂਦੇ ਹੋ ਤਾਂ ਨਾਮ ਕੀ ਹੈ? ਨਹੀਂ ਸਿਆਹੀ ਭਾਈ ਦਾ ਜਿਹੜਾ ਤੁਸੀਂ ਪਥਰਸ਼ਟ ਲਾਉਂਦੇ ਹੋ ਸੈੱਟ, ਥੱਲੇ ਵਾਲਾ ਸਹੀ ਆ। ਓਏ ਅੰਕਲ ਕਿੱਦਾਂ ਕਿਹਾ ਇਹਨੇ ਤੈਨੂੰ? ਅਕਲ ਹੈ ਨੀ ਮਾਮਾ, ਭਾਈ ਕਹੀਦਾ ਹੁੰਦਾ ਵਾ। ਦੇਖੋ ਅਕਲ ਕਰਿਆ ਕਰੋ ਮਾਮਾ ਤੁਸੀਂ ਵੀ। ਤੇ ਆਹ ਵੀ ਮੁੰਡਾ ਪਹਿਲਾਂ ਪੀ ਟੀ ਮੈਂਬਰ ਲੈਂਦਾ ਸੀਗਾ, ਆਹ ਵੀ ਪੀ ਟੀ ਮੈਂਬਰ ਹੀ ਆ। ਓਏ ਕੋਚੇ ਪੈਰੀਆ ਸਲਾਮ ਮਾਮਾ, ਉਹ ਸਭ ਠੀਕ ਆ, ਸਾਰੇ ਜਿਮ ਵਾਲੇ ਪੀ ਟੀ ਪੀ ਟੀ ਲੈ ਲਾ ਕੇ, ਠੀਕ ਆ। ਤੇ ਕੋਚ ਦਾ ਰੋਟੀ ਦਾਲ ਤੋਰਾ ਸਭ ਕੁਛ ਪੀ ਟੀ ਦੇ ਸਿਰ ਤੇ ਚੱਲਣ ਦਿਆ ਵਾ, ਠੀਕ ਆ। ਤੇ ਹੁਣ ਤੁਸੀਂ ਵੀ ਕੋਈ ਵਿਚਾਰ ਦੇ ਯਾਰ ਭਾਈ, ਮੈਂ ਕੀ ਗੱਲ ਕਰਾਂ? ਮੇਰੀ ਗੱਲ ਸੁਣ, ਮੱਲੇ ਤੁਹਾਡੇ ਕੋਲ ਜਨਾਨੀ ਹੈਗੀਆਂ ਮੋਟੀਆਂ ਭਾਬੀਆਂ ਜਿੱਦਾਂ ਵੀ, ਹਨਾ, ਜਿਹੜੇ ਜਿਹਨਾਂ ਨੇ ਨਹੀਂ ਜਿਹਨਾਂ ਨੇ ਮਤਲਬ ਓਏ ਜਿਹਨਾਂ ਨੇ ਵੇਟ ਵੂਟ ਲੋਸ ਕਰਨਾ ਹੋਵੇ, ਜਿਹਨਾਂ ਨੇ ਵੇਟ ਵੂਟ ਲੋਸ ਕਰਨਾ ਹੋਵੇ, ਕੋਚ ਸਾਹਿਬ ਦਾ ਹਨਾ ਆਈਡੀ ਵੀਡੀ ਮੈਂਸ਼ਨ ਕਰ ਦਿਓ ਵੀ ਮੰਨੀ ਬਖਸ਼ੀ, ਠੀਕ ਆ। ਕੋਚ ਸਾਹਿਬ ਯਕੀਨ, ਕੋਚ ਸਾਹਿਬ ਤਾਂ ਹੀ ਕੋਚ ਸਾਹਿਬ ਦੀ ਆਪਣੀ ਛੱਡ ਕੇ ਚੱਲ ਗਈ ਸੀ, ਕਰਤੂਤ ਮਾੜੀ ਹੈਗੀ ਕੋਚ ਦੀ, ਲੱਛਣ ਮਾੜੇ ਆ। ਤੇ ਇੱਧਰ ਭਾਈ ਹੁਣਾਂ ਦੇ ਲੱਛਣ ਕਹਿੰਦੇ ਕਾਫੀ ਵਧੀਆ ਵਾ, ਮਾੜਾ ਇੰਸਟਾਗ੍ਰਾਮ ਤੇ ਅੰਗਰੇਜ਼ਾਂ ਨਾਲ ਗੱਲਾਂ ਬਾਤਾਂ ਕਰਦੇ ਭਾਈ ਹੁਣੀ। ਓਏ ਤੈਨੂੰ ਕੀ ਇੱਕ ਦਿਨ ਕਹਿੰਦੇ ਜੀ ਮੈਸੇਜ ਦੱਸੀ ਮਾੜਾ ਯਾਰ, ਉਹ ਪਰਸਨਲ ਗੱਲਾਂ ਨਾ, ਉਹ ਨਹੀਂ ਭਾਈ ਦਾ ਸ਼ੁਕਰ ਬੜਾ ਤੇਜ਼ ਆ ਹਨਾ। ਹਾਂ ਇਹ ਚਾਲ ਹੀ ਗੈਂਗ ਸਾਡੀ, ਠੀਕ ਆ। ਰਿੱਕੀ ਬੌਂਸਰ ਕਹਿੰਦੇ ਇਹਨੂੰ, ਠੀਕ ਆ। ਬੌਂਸਰ ਦਾ ਸਰੀਰ ਆਪ ਬਿਮਾਰੀਆਂ ਨੂੰ ਲੜਨ ਵਾਲਾ ਸਰੀਰ ਆ, ਤੇ ਬੌਂਸਰ ਨਾਲ ਕਿਆ ਚੈੱਕ ਕਰੋ ਯਾਰ ਬੰਦਾ ਆ, ਕਾਫੀ ਬਿਮਾਰੀਆਂ ਨੂੰ ਲੜਨ ਵਾਲਾ ਸਰੀਰ ਇਹਦਾ। ਓਏ ਕੂਲੀ ਪਿਲਾ ਕੇ ਮਾਮਾ ਜਿਮ, ਉਹਨਾਂ ਤੁਹਾਨੂੰ ਅਕਲ ਹੈ ਨੀਗੀ, ਪਰਸੋਂ ਵੀ ਤੇਰੇ ਮੂੰਹ ਚੋਂ ਡਿੱਗੀ ਸੀ। ਆਹ ਦੇਖ ਲਓ ਆ ਵੀ ਬੰਦਾ, ਇਹਦਾ ਨਾਮ ਹੈਗਾ ਸ਼ੁਭਮ। ਕੀ ਮੇਰਾ ਚੈਨਲ ਹੈਕ ਕਰ ਲਿਆ? ਓਏ ਮੈਂ ਕੋਈ ਹੈਕ ਹੂਕ ਨਹੀਂ ਕੀਤਾ, ਮੇਰੇ ਨਾਲ ਗੱਲਾਂ, ਮੇਰਾ ਚੈਨਲ ਭਾਈ ਨੇ ਹੈਕ ਕਰ ਲਿਆ, ਹੁਣ ਕੀ ਕਰੀਏ ਗਾਇਸ, ਕੀ ਕੀਤਾ ਜਾਈਦਾ? ਕਾਰਵਾਈ ਮੇਰੀ ਪਾਈ ਹੈ ਸਿੱਧੀ, ਠੀਕ ਹੈ। ਇੱਕ ਆਪਣੇ ਆ ਦੇਖੋ, ਆ ਵੀ ਭਾਈ ਮੈਂਬਰ ਆ, ਠੀਕ ਆ ਭਾਈ। ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਕੋਚ ਦੇ ਅੰਡਰ ਗਾਈਡਿੰਗ ਲੈ ਕੇ? ਜਦੋਂ ਤੁਸੀਂ ਜਿਮ
ਦੱਸੋ ਤੁਹਾਨੂੰ ਰਿਸਪੋਂਸ ਦੱਸੋ ਕੁਛ। ਹਾਏ ਹਾਏ ਕਿਆ ਬਾਤ ਆ, ਤਾੜੀਆਂ ਕਲੈਪਿੰਗ ਕਲੈਪਿੰਗ ਸ਼ਾਬਾਸ਼। ਅੱਗੇ ਭਾਈ ਤੇ ਮਸਲ 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 ਮਾਸ ਕੁਛ ਗੇਨ ਹੋ ਰਿਹਾ। ਸਪਲੀਮੈਂਟ ਸਪਲੀਮੈਂਟ ਗਾਈਡੈਂਸ ਕਰ ਰਹੇ ਤੁਹਾਨੂੰ? ਆਹ ਕਿਆ ਬਾਤ ਹੈ, ਠੀਕ ਆ ਜੀ ਐਨ ਸੀ ਮੇਰੀ ਉਹ, ਇਹ ਵੀ ਇਹਨੂੰ ਵੀ ਜੀ ਐਨ ਸੀ, ਪਰ ਇਹ ਵੀ ਜੀ ਐਨ ਸੀ ਚੱਲਦਾ ਇਹ ਵੀ। ਇੱਕ ਹੋਰ ਭਾਈ ਆ, ਉਹ ਭਾਈ ਤੁਸੀਂ ਵੀ ਇੱਧਰ ਆਇਓ। ਹੈਲੋ ਉਸਤਾਦ ਜੀ, ਤੁਸੀਂ ਵੀ ਆਓ ਮਾੜਾ ਆ, ਤੁਸੀਂ ਵੀ ਮਾੜਾ ਇੰਟਰਵਿਊ ਦਿਓ। ਤੁਸੀਂ ਅਭੀ ਮਨਯੂ ਬਖਸ਼ੀ ਭਾਈ ਦੰਡਰ ਚ ਪੀ ਟੀ ਲੈ ਰਹੇ ਹੋ, ਨੌਲੇਜ ਲੈ ਰਹੇ ਹੋ, ਉੱਚੀ ਬੋਲੋ ਮਾੜਾ ਆ। ਮਸਲ ਨਹੀਂ ਇਹਨਾਂ ਦਾ, ਇਹਨਾਂ ਦਾ ਮੈਂ ਦੇਖਿਆ ਸੀਗਾ, ਇਹਨਾਂ ਦਾ ਵੇਟ ਜ਼ਿਆਦਾ ਸੀਗਾ, ਵੇਟ ਘਟਿਆ, ਮਸਲ ਮਾਸ ਗੇਨ ਹੋਇਆ ਇਹਨਾਂ ਦਾ, ਤੇ ਕੋਚ ਦੇ ਅੰਡਰ ਗਾਈਡਿੰਗ ਕਰ ਰਹੇ ਆ, ਠੀਕ ਆ। ਤੇ ਬਾਕੀ ਹੋਰ ਸਾਡੇ ਜਿਮ ਦੇ ਵਿੱਚ ਜੇ ਤੁਹਾਡੇ ਮਹੱਲੇ 'ਚ ਆਂਢ ਗੁਆਂਢ ਜਾਂ ਕਿਤੇ ਤੁਹਾਡੇ ਕੰਮ 'ਤੇ ਕਿਸੇ ਨੇ ਵੀ ਪੀ ਟੀ ਲੈਣੀ ਹੋਵੇ, ਵੇਟ ਲੋਸ ਵੇਟ ਗੇਨ ਕੋਈ ਹੈ ਨਾ, ਲੇਡੀਜ਼ ਹੋਣ ਜਿੱਦਾਂ ਦੇ ਮਰਜ਼ੀ, ਤੇ ਸਾਡੇ ਕੋਚ ਅਭਿਮਨਯੂ ਬਖਸ਼ੀ ਨਾਲ ਤੁਸੀਂ ਕੰਟੈਕਟ ਕਰਾਉਣਾ ਵਾ, ਠੀਕ ਆ। ਤੁਹਾਨੂੰ ਕਮਿਸ਼ਨ ਬੇਸ ਦੇ ਨਾਲ ਤੁਹਾਨੂੰ ਕਮਿਸ਼ਨ ਵੀ ਦਿੱਤੀ ਜਾਏਗੀ, ਠੀਕ ਆ, ਠੀਕ ਆ ਕੋਚ ਸਾਹਿਬ। ਹੁਣ ਸੈਟ ਲਾ ਲਈਏ ਥੋੜ੍ਹੇ ਜਿਹੇ ਬਾਅਦ 'ਚੋਂ, ਬਾਕੀ ਬਾਕੀ ਬੰਦੇ ਤਾਂ ਬਾਅਦ 'ਚੋਂ ਇੰਟਰਵਿਊ ਲੈਂਦੇ, ਠੀਕ ਆ। ਤੇ ਡਾਇਟ ਦਾ ਥੋੜਾ ਜਿਹਾ ਭਾਈ ਔਖਾ ਹੋਏਗਾ, ਵੈਜ ਵੈਜ ਕਿਉਂਕਿ ਸਾਨੂੰ ਸਿੰਪਲ ਹੀ ਮੈਨੂੰ ਡਾਇਟ ਖਾਣੀ ਪੈਣੀ, ਮੈਂ ਬਹੁਤ ਮਤਲਬ ਕਟਿੰਗ ਮੇਰੇ ਕਮਜ਼ੋਰ ਹੋ ਗਿਆ ਨਾ। ਨਾਲ ਡੋਂਗਾ ਛੋਲਿਆਂ ਦਾ ਤੇ ਨਾਲ ਦੋ ਦੋ ਕੋਲੀਆਂ ਕੜਾਹ ਦੀਆਂ।
ਤੇ ਗਾਇਸ ਹੁਣ ਆਪਾਂ ਘਰ ਜਾ ਕੇ ਮਿਲਦੇ ਹਾਂ, ਵਲੋਗ ਅੱਜ ਕੱਲ੍ਹ ਖਿੱਚ ਲਿਆ, ਟਾਈਮ ਬਹੁਤ ਹੋ ਗਿਆ, ਜਿੰਮ ਵੀ ਹੁਣ ਬੰਦ ਕਰਤਾ ਭਾਈ ਨੇ, ਕਾਰਵਾਈ ਪਾ ਬਲਾਸਟ, ਚਲੋ